ਅੱਖਾਂ-ਖਾਂ ਵਿੱਚ ਮੇਰਾ ਹਾਲ ਪੁੱਛਦਾ ਹੈ ਕੌਫੀ ਉੱਤੇ ਚੱਲ ਮੇਰੇ ਨਾਲ ਪੁੱਛਦਾ ਹੈ ਐਕਸਟੈਂਡਡ ਪਲੇਲਿਸਟ ਯਾਨੀ ਕਿ ਇਕੱਠੇ 5 ਗਾਣੇ ਆਏ ਨੇ 5 ਸੌਂਗ ਇਕੱਠੇ ਕਰਨਾ ਉਹ ਮੇਰੇ ਲਈ ਬਹੁਤ ਵੱਡੀ ਓਪਰਚ्युनिटी ਸੀ ਆਪਣੀ ਆਵਾਜ਼ ਨੂੰ ਸਾਹਮਣੇ ਲੈ ਕੇ ਆਣਾ ਰਾਣੀ ਲਿਖਣ ਦਾ ਕਿਵੇਂ ਸਬਬ ਬਣਿਆ ਰਾਣੀ ਦਿਲ ਦੀ ਬਣਾਲੀ ਸੋਹਣਿਆ ਜੱਟੀ ਕੋਈ ਇੱਕ ਤੇਰੀ ਲੱਖ ਲੱਖ ਚੋਂ ਜੋ ਸੀ ਕਿ ਕੁੜੀ ਐਕਸਪੈਕਟ ਕਰਦੀ ਮੁੰਡੇ ਤੋਂ ਕਿ ਉਹ ਨੂੰ ਰਾਣੀ ਬਣਾ ਕੇ ਰੱਖੇ ਮੁੰਡਾ ਲੈ ਤਾਂ ਬਹਿ ਨਹੀਂ ਦਿਵਾਂਗੇ ਮੁੰਡਾ ਨਹੀਂ ਦਿਵਾਂਗਾ ਰਾਣੀ ਪੀ ਦੇ ਵਿੱਚ ਵੀ ਬਹੁਤ ਵੱਡੀ ਹੈਗੀ ਐ ਸਟੋਰੀ ਭਾਬੀ Song ਇੱਕ ਐਜਾ Song ਹੈ ਕਿ ਉਹ ਸਦਾਬਾਦ Song ਹੈ ਨਾ ਨਿਪਾਪ ਵੀ ਮੁੰਡਾ ਨਾ ਪੁੱਛਦਾ ਫਿਰਦੇ ਮਾਰਦਾ ਗਿੜੇ ਨਿਪਾਪ ਵੀ ਮੁੰਡਾ ਨਾ ਪੁੱਛਦਾ ਫਿਰਦੇ ਮਾਰਦਾ ਗਿੜੇ उस टाइम कोई सलाह मशुरा मिले होना कि हाँ मैं लिख रही हाँ या कुछ मेरे मां पापा लिए सरप्राइज सी है कि मैं गाना लिखे <laughs> वो भी सरप्राइज है चाय बनाने आंदी है या या मैं मैं, मैं देख ही ला चैलेंज करना चाहती हूं मैंने चाय बनाने आंदी है देखना चाहना है कि वाकई सिर्फ अच्छा गला ही या अच्छी एक्टिंग नहीं चाय बनाने आंदी कि नहीं तो आओ चलते हैं चाह देख रहा जनाकरा कौर जी की चाह सी पीना ਜਨਮ ਤਾਂ ਛੜਣਾ ਨਹੀਂ ਮੈਂ ਲਾਸਟ ਇਅਰ ਜਦੋਂ ਇੱਕ ਫਿਲਮ ਆਈ ਸੀ ਮੋਡ ਉਸ ਫਿਲਮ ਵਿੱਚ ਇੱਕ ਚਿਹਰਾ ਆਇਆ ਸੀਗਾ ਇੰਡਸਟਰੀ ਨੂੰ ਇੱਕ ਨਵਾਂ ਚਿਹਰਾ ਮਿਲਿਆ ਸੀਗਾ ਐਕਟ੍ਰੈਸ ਨਾਇਕਰਾ ਕੋਰ ਮਲਟੀ ਟੈਲੈਂਟ ਨਾਇਕਰਾ ਕੋਰ ਦੀ ਆਪਾਂ ਗੱਲ ਉਸ ਟਾਈਮ ਵੀ ਦੱਸੀ ਸੀ ਕਿ ਕੰਪਿਊਟਰ ਇੰਜੀਨੀਅਰਿੰਗ ਕਰਨ ਤੋਂ ਬਾਅਦ ਕਿਵੇਂ ਇਸ ਇੰਡਸਟਰੀ ਚ ਆਣਾ ਹੋਇਆ ਹੁਣ ਨਾਇਕਰਾ ਨੇ ਈਪੀ ਕੱਢੀ ਹੈ ਲੇਕਿਨ ਖਾਸ ਬਾਤ ਇਹ ਹੈ ਕਿ ਕੰਪਿਊਟਰ ਇੰਜੀਨੀਅਰ ਐਕਟਰੈਸ ਸਿੰਗਰ ਦੇ ਨਾਲ ਇੱਕ ਨਵੀਂ ਚੀਜ਼ ਐਡ ਹੋਈ ਹੈ ਉਹ ਕੀ ਹੈ ਜੀ ਹਾਂ ਮੈਂ ਥੋੜਾ ਜਿਹਾ ਸਸਪੈਂਸ ਰੱਖਾਂਗਾ ਕਿ ਨਵੀਂ ਚੀਜ਼ ਐਡ ਕੀ ਕੀਤੀ ਹੈ ਆਪਣੇ ਇਸ ਪੂਰੇ ਸਕਿੱਲਸ ਵਿੱਚ ਖਾਸ ਤੌਰ ਤੇ ਜਿਹੜੀ ਈਪੀ ਆਈ ਹੈ ਰਾਣੀ ਅੱਜ ਖਾਸ ਗੱਲਬਾਤ ਕਰਨ ਲਈ ਖੁਦ ਨਾਇਕਰਾ ਸਾਡੇ ਨਾਲ ਮੌਜੂਦ ਨੇ ਗੱਲ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਨਾਇਕਰਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ ਚੰਗੇ ਲੱਗ ਰਹੇ ਹੋ ਥੈਂਕ ਯੂ ਸੋ ਮਚ ਤੁਸੀਂ ਵੀ ਥੈਂਕ ਯੂ ਮੈਂ ਕਹਿ ਰਹਾ ਸੀ ਕਿ ਕੰਪਿਊਟਰ ਇੰਜੀਨੀਅਰਿੰਗ ਦੀ ਆਪਾਂ ਗੱਲ ਸਾਰਿਆਂ ਨੂੰ ਪਤਾ ਲੱਗੀ ਕਿਵੇਂ ਤੁਸੀਂ ਇੰਡਸਟਰੀ ਚ ਆਏ ਮੋੜ ਤੋਂ ਮੋੜ ਸ਼ੁਰੂ ਹੋਇਆ ਸਿੰਗਰ ਐਕਟਰ ਇਹ ਕੰਪਿਊਟਰ ਇੰਜੀਨੀਅਰਿੰਗਸ ਤੋਂ ਬਾਅਦ ਹੁਣ ਇੱਕ ਨਵਾਂ ਸਕਿੱਲ ਸਾਨੂੰ ਪਤਾ ਚੱਲਿਆ ਕਿ ਜਿਹੜਾ ਤੁਹਾਡੀ EP I ਹੈ EP ਨੂੰ ਕਹਿੰਦੇ ਆ ਐਕਸਟੈਂਡੈਂਟ ਪਲੇਲਿਸਟ ਯਾਨੀ ਕਿ ਇਕੱਠੇ ਪੰਜ ਗਾਣੇ ਆਏ ਨੇ ਤੁਸੀਂ ਹੁਣ ਰਾਈਟਰ ਵੀ ਬਣ ਗਏ ਹੋ ਛੋਟੀ ਜੀ ਕੋਸ਼ਿਸ਼ ਕੀਤੀ ਹੈ ਅੱਛਾ ਸੋਚਿਆ ਨਹੀਂ ਸੀ ਮਤਲਬ ਮੈਨੂੰ ਪਤਾ ਨਹੀਂ ਸੀ ਕਿ ਮੈਂ ਲਿਖ ਵੀ ਸਕਦੀ ਆਈ ਡੋਟ ਨੋ बस सेमी बैठे हुए सी थॉट्स दिमाग चाहिदा पूरी टीम एक्चुअली इकट्ठी बैठी सी तो कुछ कुछ सारे सोचते रहे लिरिक्स थे वो बस इतना बनता रहा अच्छा उसी गाना जेड़ा रानी है वो लिखा है हां जी रानी सॉन्ग लिखा है उसी ते ਸਾਡੇ EP ਦਾ ਨਾਮ ਵੀ ਹੈ देखो ਨਵੀ ਜਿਹੜੀ ਮੈਂ ਦੱਸ ਰਿਹਾ ਸੀ ਨਾ ਉਹ ਮੈਂ ਨਾਲ ਹੀ ਸਸਪੈਂਸ ਖਤਮ ਕਰਦਾ ਸਟਾਰਟਿੰਗ ਚ ਕਿ ਹੁਣੇ ਰਾਈਟਰ ਵੀ ਬਣ ਗਏ ਨੇ ਟੈਲੈਂਟ ਬਹੁਤ ਹੁੰਦਾ ਨਾ ਉਹ ਟੈਲੈਂਟ ਯੂਜ਼ ਕੀਤਾ اچھا ਜਦੋਂ ਸਿੰਗਰ ਨੇਚਰਲੀ ਜਿੱਦੂ ਸਿੰਕਿੰਗ ਕਰਦੇ ਹੋ ਐਕਟਿੰਗ ਕਰਦੇ ਹੋ ਤੇ ਇਸ ਮਾਹੌਲ ਚ ਕੁਝ ਨਾ ਕੁਝ ਚੀਜ਼ਾਂ ਤੁਹਾਨੂੰ ਦਿਖਦੀ ਰਹਿੰਦੀਆਂ ਨੇ ਰਾਣੀ ਲਿਖਣ ਦਾ ਕਿਵੇਂ ਸਬਬ ਬਣਿਆ ਕਿਵੇਂ ਆਪਣੀ ਜਿਹੜੀ ਡਾਇਰੀ ਚ ਤੁਸੀਂ ਨੋਟ ਕਰਦੇ ਰਹੇ ਜਾਂ ਕਈ ਵਾਰ ਕੋਈ ਵਰਡ ਕਿਸੇ ਨੇ ਦੱਸਿਆ ਕਿ ਦਿਮਾਗ ਚ ਗਾਣਾ ਕਿਉਂਕਿ ਗਾਣਾ ਲਿਖਣਾ ਵੀ ਇੱਕ ਆਰਟ ਹੈ ਇਹ ਥੀਮ ਹੈ ਉਹ ਬਹੁਤ ਇੰਪੋਰਟੈਂਟ ਹੈ ਅ ਮੈਂ ਕੁਝ ਕੰਪੋਜੀਸ਼ਨਸ ਨਾ ਜਿਵੇਂ ਆਪਾਂ ਸੌਂਗ ਸੁਣਦੇ ਰਹਿੰਦੇ ਨਾ ਤੇ ਉਹ ਬਾਈ ਚਾਂਸ ਕੁਝ ਇਦਾਂ ਕੁਝ ਗੁੰਗੁਣਾਉਂਦੇ ਰਹਿੰਦੇ ਤੇ ਮੈਂ ਸ਼ੁਰੂ ਜਦ ਲਾਕਡਾਊਨ ਸਟਾਰਟ ਹੋਇਆ ਸੀ ਨਾ ਮੈਂ ਥੋੜਾ ਬਹੁਤ ਮੈਂ ਥੋੜਾ ਬਹੁਤ ਕੁਝ ਨਾ ਕੁਝ ਲਿਖਦੀ ਰਹਿੰਦੀ ਆ ਤੇ ਮੈਂ ਸਰ ਨੂੰ ਕਦੀ ਨਹੀਂ ਮਤਲਬ ਜ਼ਿਆਦਾ ਨਹੀਂ ਸੁਣਾਇਆ ਸਰ ਨੂੰ ਪਤਾ ਹੈ ਥੋੜਾ ਬਹੁਤ ਤਾਂ ਪਤਾ ਹੀ ਸੀ ਤੇ ਬਸ ਹੋਈ ਹਲਕੀ ਜਿਹੀ ਮੇਰੇ ਜਦ ਦਿਮਾਗ ਕੋਈ ਟਿਊਨ एकदम है, है आ, 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 कुछ कंपोज दिमाग च बनਦੀ ਹੈ ਨਾ ਤੇ ਮੈਂ ਉਹਨੂੰ ਰਿਕਾਰਡ ਕਰ ਲੈਂਦੀ ਆ ਫੋਨ ਚ ਤੇ ਬਾਅਦ ਚਾਂਸ ਉਸ ਵਕਤ ਕੰਪੋਜੀਸ਼ਨ ਦਿਮਾਗ ਚ ਆਈ ਤੇ ਮੈਂ ਉਹਨੂੰ ਐਵੇਂ ਮਤਲਬ ਫੋਨ ਚ ਉਹਨੂੰ ਰਿਕਾਰਡ ਕਰਕੇ ਤੇ ਮਨ ਚ ਮੈਂ ਲਿਰਿਕ ਸੋਚਣਾ ਸ਼ੁਰੂ ਹੋ ਗਈ ਕਿਉਂਕਿ ਮੈਨੂੰ ਨਾ ਬੜਾ ਸੀ ਕਿ ਮੈਂ ਆਪਣੇ ਲਈ ਕੋਈ ਪੰਜਾਬੀ ਬੀਟ ਨੰਬਰ ਕੁਝ ਲਿਖਣਾ ਚਾਹੁੰਦੀ ਆ ਤੇ ਬਸ ਉਹ ਥਾਟਸ ਦਿਮਾਗ ਚ ਆਏ ਕਿ ਕੁੜੀ ਜਿਵੇਂ ਕੁੜੀ ਹਰ ਕੁੜੀ ਆਪਣੇ ਘਰ ਦੀ ਰਾਜਕੁਮਾਰੀ ਮੰਨੀ ਜਾਂਦੀ ਹੈਗੀ ਹੁੰਦੀ ਹੈ ਤੇ ਮੇਰੇ ਦਿਮਾਗ ਚ ਇਹ ਸੀ ਕਿ ਕੁੜੀ ਐਕਸਪੈਕਟ ਕਰਦੀ ਹੈ ਮੁੰਡੇ ਤੋਂ ਕਿ ਉਹ ਉਹਨੂੰ ਰਾਣੀ ਬਣਾ ਕੇ ਰੱਖੇ ਤੇ ਬਸ ਉਹ ਉਸੇ ਨੂੰ ਥਾਟ ਚ ਲੈ ਕੇ ਮੈਂ ਲਿਰਿਕਸ ਬਣਦੇ ਰਿਹਾ ਆਪਣੇ ਆਪ ਤੇ ਲਾਈਨਾਂ ਜੁੜਦੀਆਂ ਰਹੀਆਂ ਮੁੰਡਾ ਆਲੇ ਤਾਂ ਬੈਂ ਨਹੀਂ ਦਿਮਾਗ ਨਹੀਂ ਮੁੰਡਾ ਨਹੀਂ ਦਿਮਾਗ ਆ আচ্ছা ਜਦੋਂ ਥਾਟ ਆਇਆ ਲਿਖਣ ਸ਼ੁਰੂ ਹੋ ਗਏ ਤੇ ਕਹਿੰਦੇ ਨਾ ਲਿਖਣਾ ਉਸ ਤੋਂ ਬਾਅਦ ਕੰਪੋਜੀਸ਼ਨ ਤਿਆਰ ਕਰਨੀ ਤੇ ਕਰਮਵਾਲ ਜੀ ਨੂੰ ਦੱਸਿਆ ਹੋਣਾ ਤੁਸੀਂ ਹਾਂਜੀ ਕੰਪੋਜ਼ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਦਿਮਾਗ ਚ ਕੰਪੋਜ਼ ਆ ਗਈ ਸੀ ਜਦ ਲਿਰਿਕਸ ਲਿਖੇ ਉਹਦੇ ਨਾਲ ਤਾਂ ਸਰ ਨੂੰ ਮੈਂ ਜਿਵੇਂ ਸੁਣਾਇਆ ਤਾਂ ਸਰ ਨੂੰ ਪਸੰਦ ਆਇਆ ਉਸ ਤੋਂ ਬਾਅਦ ਫਿਰ ਸਰ ਨੇ ਥੋੜੀ-ਬਹੁਤ ਕੰਪੋਜ਼ ਚੇਂਜ ਵੀ ਕਰਾਈ ਉਹਦੇ ਵਿੱਚ ਚੇਂजेस ਵੀ ਹੋਏ ਤੇ ਬਸ ਉਹ ਆਪਾਂ ਸੌਂਗਸ ਬਣਾ ਉਹ ਵਾਲਾ ਸੌਂਗ ਆਪਾਂ ਕਰਨ ਦਾ ਨਾ ਸੋਚਿਆ ਨਹੀਂ ਸੀ ਕਿ ਰਾਣੀ ਸੌਂਗ ਆਪਾਂ ਜਿਹੜਾ ਜਾ ਕੇ ਡੱਬ ਕਰਨਾ ਹੈ ਤੇ ਬਸ ਜਿਵੇਂ ਰਾਣੀ ਪੀ ਦੇ ਪਿੱਛੇ ਵੀ ਬਹੁਤ ਵੱਡੀ ਹੈਗੀ ਹੈ ਸਟੋਰੀ ਤੇ ਬਸ ਆਪਾਂ ਬੈਠੇ ਸੀ ਸਟੂਡੀਓ ਵਿੱਚ ਕੋਈ ਹੋਰ Song ਬਣਾ ਰਹੇ ਸੀ ਤੇ ਨਾਲ ਹੀ ਮੈਂ ਫਿਰ ਸਰ ਨੂੰ ਹਲਕਾ ਜਿਹਾ ਕਹਾਂਗੇ ਸਰ ਮੈਂ ਉਹ ਰਾਣੀ ਵਾਲਾ Song ਜੋ ਮੈਂ ਲਿਖਿਆ ਸੀ ਉਹ ਕਰਕੇ ਦੇਖੀਏ ਸਰ ਕਿਹਨੇ ਹਾਂਜੀ ਦੇਖ ਲੂ ਮੈਨੂੰ ਤਾਂ ਵਧੀਆ ਲੱਗਦਾ ਉਹਨਾਂ ਨੂੰ ਵਧੀਆ ਲੱਗਿਆ ਸੀ Song ਤੇ ਬਸ ਆਪਾਂ ਡਬ ਕੀਤਾ ਤੇ ਉਹ ਬਾਈ ਚਾਂਸ ਬਹੁਤ ਹੀ ਅੱਛਾ ਬਣ ਗਿਆ ਤੇ ਬਸ ਫਿਰ ਆਪਾਂ ਸੋਚਿਆ ਕਿ ਇਹਨੂੰ ਵੀ EPG ਰੱਖਾਂਗੇ ਬਿਲਕੁਲ ਉਹ ਰਾਣੀ ਵੀ ਸੁਣਾਗੇ ਲੇਕਿਨ ਇੱਕ ਗੱਲ ਹੈ ਕਿ ਆਪਾਂ ਬਹੁਤ ਕਟਨ ਟ੍ਰੈਂਡ ਦੇਖਦੇ ਆ ਕਿ ਇੱਕ EP ਆਵੇ ਨਾਰਮਲੀ ਸਿੰਗਰ ਕੀ ਕਰਦੇ ਨੇ ਕਿ ਆਪਣਾ ਸੋਲੋ ਕੱਢਦੇ ਨੇ ਔਰ ਪੂਰਾ ਇਕੋ ਨੂੰ ਪ੍ਰੋਮੋਸ਼ਨ ਰੀਲਸ ਦਾ ਚੱਲਦਾ ਹੈ ਬੈਕ ਟੂ ਬੈਕ ਪੰਜ Song ਕਿਵੇਂ ਦੇਖਦੇ ਹੋ ਕਿ ਹਲੇ ਜਸ ਸਟਾਰਟਿੰਗ ਅ ਕੈਰੀਅਰ ਦੀ ਹੈ ਨਾ ਤੇ ਪਹਿਲੇ ਜਿਹੜੇ Song ਆਏ ਨੇ ਤੁਸੀਂ ਪਰਮੇਸ਼ਵਰ ਬਰਮਨ ਨਾਲ ਕੰਮ ਕੀਤਾ ਮੋੜ ਚ ਐਮੀ ਵੀਰਕੋ ਨਾਲ ਕੰਮ ਕੀਤਾ ਲੇਕਿਨ ਹੁਣ ਬੈਕ ਟੂ ਬੈਕ ਇੱਕ ਸਿੰਗਰ ਕੋਲੀ ਕੀ EP ਕਰਨਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ EP ਮਤਲਬ मतलब... ਜਦੋਂ ਇੱਕ ਸਿੰਗਰ ਲਈ ਨਾ ਇਕੱਠੇ 500 ਗਾਣਾ ਮੈਨੂੰ ਲੱਗਦਾ ਹੈ ਕਿ ਬਹੁਤ ਵੱਡ ਇੱਕ ਨਿਊ ਕਮਰ ਸਿੰਗਰ ਲਈ ਬਹੁਤ ਵੱਡੀ ਗੱਲ ਹੁੰਦੀ ਹੈ ਤੇ ਮੇਰੇ ਲਈ ਵੀ ਮਤਲਬ 500 ਗੀਤ ਇਕੱਠੇ ਕਰਨਾ ਮੇਰੇ ਲਈ ਬਹੁਤ ਵੱਡੀ ਓਪਰਚ्युनिटी ਈ ਆਪਣੀ ਆਵਾਜ਼ ਨੂੰ ਸਾਹਮਣੇ ਲੈ ਕੇ ਆਣਾ ਕਿਉਂਕਿ ਜਿਹੜੇ ਸਾਡੇ ਲਿਸਨਰਸ ਨੇ ਉਹ ਚਾਹੁੰਦੇ ਨੇ ਕਿ ਤੁਸੀਂ ਕੀ ਕੀ ਗਾ ਸਕਦੇ ਹੋ ਕਿਦਾਂ ਦੇ ਸੌਂਗਸ ਤਾਂ ਆਪਾਂ ਹੀ ਕੋਸ਼ਿਸ਼ ਕੀਤੀ ਕਿ EP ਵਿੱਚ ਨਾ ਆਪਾਂ ਹਰ ਤਰ੍ਹਾਂ ਦੀ ਕਲੈਕਸ਼ਨ ਰੱਖੀਏ ਲਾਈਕ ਬੀਟ ਨੰਬਰ ਵੀ ਨੇ ਕੁਝ ਰੋਮਾਂਟਿਕ ਸੌਂਗ ਵੀ ਨੇ ਸੋਲਫੁਲ ਸੌਂਗਸ ਨੇ ਔਰ ਵੈਲੈਂਟਾਈਨਸ ਡੇ ਵੀ ਆ ਰਿਹਾ ਉਸਦੇ ਰਿਗਾਰਡਿੰਗ ਵੀ ਸੌਂਗਸ ਨੇ ਸੋ ਇਹ ਥਾਟ ਰੱਖਿਆ ਗਿਆ ਸੀ ਤੇ EP ਦੀ ਵੈਸੀ ਕੋਈ ਪਲੈਨਿੰਗ ਨਹੀਂ ਸੀ ਤੇ ਆਪਾਂ ਜੂਨ ਮਤਲਬ ਆਫਟਰ ਮੂਵੀ ਨਾ ਜੂਨ ਵਿੱਚ ਆਪਾਂ ਇੱਕ EP ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਮਤਲਬ ਬਣਾਈ ਸੀ ਆਪਾਂ ਪ੍ਰੋਪਰ 5 ਸੌਂਗਸ ਦੀ EP ਬਣਾਈ ਸੀ ਤੇ ਸਰ ਨੂੰ ਸੁਣਾਈ ਤੇ ਉਹ ਬਾਈ ਚਾਂਸ ਹਰ ਮਾਹੌਲ ਦੇ ਹਿਸਾਬ ਨਾਲ ਨਾ ਕੁਝ ਸੌਂਗਸ ਬਣਦੇ ਆ ਲਾਈਕ ਹਰ ਜਿਵੇਂ ਸੁਪੋਜ਼ ਕਰੋ ਪਿਛਲੇ ਸਾਲ ਦਾ ਕੁਝ ਹੋਰ ਮਿਊਜ਼ਿਕ ਚੱਲ ਰਿਹਾ ਸੀ ਉਸ ਤੋਂ ਪਿਛਲੇ ਤੇ ਫਿਰ ਆਪਾਂ ਜੋ ਚੇਂਜਸ ਆਉਂਦੇ ਰਹਿੰਦੇ ਨੇ ਤੇ ਇਸ ਪਿਛਲੇ ਸਾਲ ਆਪਾਂ ਜਿਹੜੀ EP ਬਣਾਈ ਸੀ ਉਹ ਉਸ ਮਾਹੌਲ ਦੇ ਨਾਲ ਸਰ ਕਹਿੰਦੇ ਕਿ ਨਹੀਂ ਹੁਣ ਇਹ ਸ਼ਾਇਦ ਵਰਕ ਨਹੀਂ ਕਰੇਗੀ ਤੇ ਉਹ ਫਿਰ ਆਪਾਂ ਉਸ ਦਾ ਇੱਕ ਹੋਰ ਉਸੇ EP ਵਿੱਚ ਇੱਕ ਸੌਂਗ ਰੱਖ ਕੇ ਸੀ ਪਾਬੀ ਤੇ ਸਰ ਹਾਂ ਉਹ ਸੈਟ ਆਫ ਆ ਉਸ ਸੌਂਗ ਦੇ ਵੀਡੀਓ ਤੇ ਸਰ ਨੇ ਕਿਹਾ ਕਿ ਉਹ ਪਾਬੀ ਸੌਂਗ ਦਾ ਚਲੋ ਕੋਈ ਗੱਲ ਨਹੀਂ ਆਪਾਂ ਉਹਦੀ ਵੀਡੀਓ ਕਰ ਲੈਂਦੇ ਆ ਤੇ ਜਿਹੜੀ EP ਸੀ ਉਹ ਤਾਂ ਉਸ ਵਕਤ ਸਰ ਨੇ ਕਿਹਾ ਨਹੀਂ EP ਨਹੀਂ ਕਰਾਂਗੇ ਸਾਡੀ ਪਲੈਨਿੰਗ ਸੀ ਕਿ ਸਪਟੈਂਬਰ ਵਿੱਚ ਪਾਬੀ ਰਿਲੀਜ਼ ਹੋ ਜਾਏਗਾ ਐਂਡ ਉਹਦੀ ਸ਼ੂਟ ਵਗੈਰਾ ਹੋਇਆ ਕੁਝ ਅੱਧਾ ਸ਼ੂਟ ਰਹਿ ਗਿਆ ਸੀ ਫਿਰ ਬਾਅਦ ਸ਼ੂਟ ਹੈ ਉਹ ਟੈਕਨੀਕਲਿਟੀਜ਼ ਕਰਕੇ ਨਾ ਫਿਰ ਉਹ ਨਵੰਬਰ ਤੱਕ ਚਲੀ ਗਈ ਰਿਲੀਜ਼ ਨਵੰਬਰ ਚ ਨਹੀਂ ਕੁਝ ਹੋਰ ਇਸ਼ੂਸ ਆਏ ਤਾਂ ਡਿਸੰਬਰ ਚ ਫਿਰ ਆਪਾਂ ਨਹੀਂ ਕਰ ਸਕਦੇ ਸੀ ਕਿਉਂਕਿ ਸ਼ਹੀਦੀ ਦਿਹਾੜੇ ਸ਼ੁਰੂ ਹੋ ਜਾਂਦੇ ਨੇ ਤੇ ਬਸ ਫਿਰ ਜਦੋਂ ਹੋਇਆ ਲੇਟ ਤੇ ਮੀਨ ਵਾਈਲ ਮੇਰੇ ਘਰ ਤੋਂ ਬਹੁਤ ਪ੍ਰੈਸ਼ਰ ਆ ਰਿਹਾ ਸੀ ਕਿਉਂਕਿ ਕਿਤੇ ਜੂਨ ਚ ਸਾਰੀ EP ਆਪਾਂ ਸੋਚ ਰਹੇ ਸੀ ਰਿਲੀਜ਼ ਕਰਾਂਗੇ ਫਿਰ ਸਪਟੈਂਬਰ ਚ ਤੇ ਉਹ ਇੱਕ ਪ੍ਰੈਸ਼ਰ ਬਿਲਡਰ ਬਿਲਡ ਅਪ ਜਦੋਂ ਸ਼ੁਰੂ ਹੋ ਜਾਂਦਾ ਨਾ ਤਾਂ ਫਿਰ ਇੱਕ ਆਰਟਿਸਟ ਵੀ ਨਾ ਆਪਣੇ ਪ੍ਰੋਡਿਊਸਰਸ ਤੇ ਬਹੁਤ ਪ੍ਰੈਸ਼ਰ ਬਣਾਣਾ ਸ਼ੁਰੂ ਹੋ ਜਾਂਦੇ ਹੈ ਪ੍ਰੈਸ਼ਰ ਜ਼ਰੂਰੀ ਕਿਉਂਕਿ ਮੋੜ ਤੋਂ ਬਾਅਦ ਕੀ ਕੀਤਾ ਹੈ ਨਾ ਕੀ ਆ ਰਿਹਾ ਹੈ ਮਾਰਕੀਟ ਚ ਵੀ ਖੁਦ ਵੀ ਲੱਗਦਾ ਖੁਦ ਵੀ ਲੱਗਦਾ ਨੀਵਨ ਸੜ ਜਿਹੜੇ ਚਾਨ ਆਲੇ ਨੇ ਸਾਡੇ ਫਾਲੋਅਰਸ ਨੇ ਉਹ ਵੀ ਮਤਲਬ ਮੈਂ ਜਦ ਦੀ ਡੀਐਮਸ ਤੇ ਉਹ ਹੀ ਹੁੰਦਾ ਸੀ ਕਿ ਮੈਮ ਹੁਣ ਤੁਸੀਂ ਅਗਲਾ ਕੀ ਕਰ ਰਹੇ ਹੋ ਉਹ ਇੱਕ ਕੋ ਪ੍ਰੈਸ਼ਰ ਜਦ ਬਿਲਡ ਅਪ ਹੁੰਦਾ ਤਾਂ ਬਹੁਤ ਜ਼ਿਆਦਾ ਸਿਚੁਏਸ਼ਨ ਇਦਾਂ ਦੀ ਹੋ ਜਾਂਦੀ ਹੈ ਕਿ ਖੁਦ ਤੇ ਵੀ ਪ੍ਰੈਸ਼ਰ ਆਂਦਾ ਕਿ ਨਹੀਂ ਯਾਰ ਹੁਣ ਇੱਕ ਗਾਣਾ ਤਾਂ ਨਹੀਂ ਹੁਣ ਥੋੜਾ ਵੱਧ ਗਾਣੇ ਆਣੇ ਚਾਹੀਦੇ ਤੇ ਬਸ ਉਹ ਹੀ ਆ ਫਿਰ ਜਨਵਰੀ ਚ ਸਰ ਨੇ ਵੀ ਮਤਲਬ ਪੱਬੀ ਗਾਣਾ ਤਾਂ ਸਾਡਾ ਬਹੁਤ ਵਧੀਆ ਬਣ ਗਿਆ ਸੀ ਉਸ ਤੋਂ ਬਾਅਦ ਵੀ ਸੌਂਗਸ ਤਾਂ ਆ ਹੀ ਰਹੇ ਸੀ ਪਰ ਦੱਬ ਤੱਕ ਆ ਹੀ ਰਹੇ ਸੀ ਤੇ ਫਿਰ ਜਨਵਰੀ ਚ ਆਪਾਂ ਐਵੇਂ ਸਟੂਡੀਓ ਬੈਠੇ ਸੀ ਤੇ ਫਿਰ ਜਦ ਉਹ ਸੂਟ ਗਾਣਾ ਹੋਇਆ ਤਾਂ ਫਿਰ ਸਰ ਕਹਿੰਦੇ ਨਹੀਂ ਆਪਾਂ ਨਾ ਹੁਣ ਈਪੀ ਹੀ ਤਿਆਰ ਕਰਾਂਗੇ ਪ੍ਰੋਪਰ ਭਾਬੀ ਨਾਲ ਸੂਟ ਵੀ ਐਡ ਹੋ ਜਾਏਗਾ ਸੂਟ ਦੀ ਵੀ ਇੱਕ ਸਟੋਰੀ ਹੈ ਸਾਡੇ ਨਾਲ ਇੱਕ ਟੀਮ ਚ ਮੁੰਡਾ ਹੈ ਗਗਨ ਤੇ ਉਹ ਉਹਨੇ ਸਾਨੂੰ ਸੂਟ ਸੁਣਾਇਆ ਸੀ ਆਈ ਗੈਸ 6 ਮੰਥਸ ਤੋਂ ਸਾਨੂੰ ਰੋਜ਼ ਭੇਜਦਾ ਸੀ ਕਿ ਇਹ Song ਸੁਣੋ ਮਿਆ ਰੁਮੇਸ਼ ਸਰ ਤੇ ਸਾਨੂੰ ਉਸ ਵਕਤ ਦਾ Song ਕੰਪੋਜ਼ ਵਾਈਸ ਥੋੜਾ ਅਰੇ ਗਾਣੇ ਦੀ ਇੱਕ ਸਟੋਰੀ ਹੈ ਹਾਂਜੀ ਥੋੜਾ ਕੰਪੋਜ਼ ਵਾਈਸ ਸਾਨੂੰ ਲੱਗ ਰਿਹਾ ਸੀ ਕਿ ਨਹੀਂ ਉਹ ਸੂਟ ਨਹੀਂ ਅਚ ਮਤਲਬ మేబీ ਉਹ ਨਹੀਂ اچھا సౌండ్ کرےਗਾ ਕਿਉਂਕਿ ਬਹੁਤ ਰొਮਾਂਟਿਕ ਵੇਨਲ ਬਣਿਆ ਹੋਇਆ ਸੀ ਸੂਟ ਹਾਂਜੀ ਤੇ ਉਹ ਮਤਲਬ ਉਹ ਪਰ ਟੱਲਿਆ ਨਹੀਂ ਉਹਨੇ ਹਰ ਹਫਤੇ ਉਹ Song ਦੁਬਾਰਾ ਭੇਜ ਦੇਣਾ ਫਿਰ ਸਰ ਨੇ ਕਿਹਾ ਕਿ ਤੂੰ ਇਹਨੂੰ ਇੱਕ ਵਾਰ ਡੱਬ ਕਰਾ ਕੇ ਸਿੱਤੋਂ ਔਰ ਫਿਰ ਸਾਨੂੰ ਭੇਜ ਤੇ ਫਿਰ ਉਹਨੇ ਇੱਕ ਵਾਰ ਡੱਬ ਕਰਾ ਕੇ ਭੇਜਿਆ ਤੇ ਉਹ Song ਮਤਲਬ ਬਹੁਤ ਅੱਛਾ 사ਉਂਡ ਕਰਨ ਲੱਗ ਗਿਆ ਤੇ ਮੀਨਵੈਲ ਆਪਾਂ ਜਾਂ ਜਾਂ ਚ ਬੈਠੇ ਸੀ ਜਿਵੇਂ ਗਾਣੇ ਲੱਭ ਰਹੇ ਸੀ ਨਾ ਤੇ ਫਿਰ ਉਹ ਸੂਟ ਗਾਣਾ ਮੈਂ ਕਿਹਾ ਸਰ ਕਰਕੇ ਦੇਖ ਲੈਂਦੇ ਆਪਾਂ ਇਸੋਂ ਸਰ ਵੀ ਕਹਿੰਦੇ ਹਾਂ ਚਲੋ ਠੀਕ ਹੈ ਕਰਦੇ ਆਂ ਤੇ ਬਸ ਆਪਾਂ ਸਟੂਡੀਓ ਚ ਜਦ ਕੀਤਾ ਤਾਂ ਨਾ ਉਹ ਮਤਲਬ ਬਹੁਤ ਹੀ ਅਲੱਗ ਸਾਊਂਡ ਕਰਨ ਲੱਗੇ ਐਂਡ ਹਾਂ ਤੇ ਉਹ ਮਤਲਬ ਮੈਨੂੰ ਲੱਗਦਾ ਕਿ ਸੂਟ ਮੇਰਾ ਵਨ ਆਫ ਦਾ ਫੇਵਰਿਟਸ ਹੈ ਨਾ ਹਾਂ ਮੈਨੂੰ ਹੀ ਆਨ ਲੱਗਿਆ ਸੀ ਕਿ ਭਾਬੀ ਜਿੱਦਾਂ ਮੈਂ ਦੇਖ ਰਿਹਾ ਸੀ ਰੀਲਾਂ ਚ ਨਾ ਬਹੁਤ ਟ੍ਰੈਂਡਿੰਗ ਤੇ ਵੀ ਜਿੱਦਾਂ ਗੱਲ ਕਰੀਏ ਭਾਬੀ Song ਇੱਕ ਐਜਾ Song ਹੈ ਕਿ ਉਹ ਸਦਾ ਬਾਹਰ Song ਹੈ ਨਾ ਕਿਤੇ ਵੀ ਕਿਸੇ ਵੀ ਉਸ ਤੇ ਸੁਣ ਲੋ ਤੇ ਨੇਚਰਲੀ ਜਦੋਂ ਤੁਸੀਂ ਕਰ ਰਹੇ ਸੀਗੇ ਗਾਇਆ ਸੀਗਾ ਤੇ ਦੋ ਲਾਈਨਾਂ ਤਾਂ ਖੈਰ ਮੈਂ ਸੁਣੂੰਗਾ ਹੀ ਸੁਣੂੰਗਾ ਉਸ ਤੋਂ ਪਹਿਲਾਂ ਫਿਰ ਆਪਾਂ ਅੱਗੇ ਵਧਦੇ ਹਾਂ ਹਾਂਜੀ ਕੱਖ ਕੱਖ ਵਿੱਚ ਮੇਰਾ ਹਾਲ ਪੁੱਛਦਾ ਕਾਫੀ ਉੱਤੇ ਚੱਲ ਮੇਰੇ ਨਾਲ ਪੁੱਛਦਾ ਮੈਨੂੰ ਕਹਿੰਦਾ ਤੇਰੇ ਉੱਤੇ ਦਿਲ ਆ ਗਿਆ ਉਹਦੇ ਬਾਰੇ ਮੇਰਾ ਕੀ ਖਿਆਲ ਪੁੱਛਦਾ ਵੀ ਮੈਂ ਤਾਂ ਦਿਲ ਬਹੁਤ ਸਾਂਭਿਆ ਵਸ ਜਿਹ ਰਹਿਣਾ ਮੇਰੇ ਨੀ ਪਾਪੀ ਮੁੰਡਾ ਨਾ ਪੁੱਛਦਾ ਫਿਰ ਦੇ ਮਾਰਦਾ ਗਿੜੇ ਨੀ ਪਾਪੀ ਮੁੰਡਾ ਨਾ ਪੁੱਛਦਾ ਫਿਰ ਦਮਾਰਦਾ ਗਿੜੇ ਕੀ ਬਾਤ ਹੈ ਜੀ ਨਾ ਪੁੱਛਦੇ ਨਾ ਤਾਂ ਖੈ ਨਾਇਕਰਾ ਗੌਰਦਾ ਹੁਣ ਲੋਕੇ ਬਹੁਤ ਕਮੈਂਟਸ ਆ ਰਹੇ ਮੈਮ ਸਾਨੂੰ ਤੁਹਾਡਾ ਨਾਮ ਪਤਾ ਹੈ ਨੇਚਰਲੀ ਰਿਲੇਟ ਕਰਦੇ ਨਾ ਅੱਛਾ ਨਾਇਕਰਾ ਹੁਣ ਆਪਾਂ ਇੱਕ ਗੱਲ ਕਰ ਰਹੇ ਸੀ ਕਿ ਜਦੋਂ ਈਪੀ ਹੈ ਨਾ ਬੈਕ ਟੂ ਬੈਕ ਇਹ ਟ੍ਰੈਂਡ ਨਹੀਂ ਸੀ ਬਹੁਤ ਘੱਟ ਫਾਲੋ ਕਰਦੇ ਆ ਤਾਂ ਜਿਹੜਾ ਤੁਸੀਂ ਰਾਣੀ ਲਿਖਿਆ ਉਹ ਰਾਣੀ ਦੇ ਬੋਲ ਲਿਖਦੇ ਤੇ ਉਹ ਦਿਲ ਤੇ ਕਰੀਬ ਹੁੰਦੇ ਨਾ ਜਿਹੜਾ ਖੁਦ ਲਿਖਦੇ ਆ ਗਾਣਾ ਤਾਂ ਚਲੋ ਹੁੰਦਾ ਹੀ ਹੁੰਦਾ ਤਾਂ ਉਸ ਟਾਈਮ ਲਿਖਦੇ ਟਾਈਮ ਲੱਗਦਾ ਸੀ ਕਿ ਜਿਹੜਾ ਇੱਕ ਇਮੋਸ਼ਨਲੀ ਬਹੁਤ ਇਨਵੋਲਵਮੈਂਟ ਹੋ ਜਾਂਦੀ ਹੈ ਕਿ ਮੈਂ ਲਿਖ ਵੀ ਰਹੀ ਹਾਂ ਗਾਣਾ ਤਾਂ ਮੈਂ ਗਾਣਾ ਹੀ ਆ ਮੈਂ ਲਿਖ ਵੀ ਬਹੁਤ ਰਹੀ ਹਾਂ ਤੇ ਘਰ 'ਚ ਨਿੱਪੀ ਨੂੰ ਕਿਉਂਕਿ ਨਿੱਪੀ ਦੀਪੀ ਦੀਪੀ ਨੂੰ ਘਰ 'ਚ ਕਹਿੰਦੇ ਨਾ ਕਿ ਦੀਪੀ ਤਾਂ ਘਰ ਦੇ ਲਈ ਦੀਪੀ ਹੈ ਉਸ ਟਾਈਮ ਕੋਈ ਸਲਾਹ مشورہ ਮਿਲੇ ਹੋਣਾ ਕਿ ਹਾਂ ਮੈਂ ਇਹ ਲਿਖ ਰਹੀ ਹਾਂ ਜਾਂ ਕੁਝ ਇਨਸੀਡੈਂਟ ਸ਼ੇਅਰ ਬੰਦਾ ਕਰ ਦਿੰਦਾ ਨਹੀਂ ਮੇਰੇ ਮੰਪਾਪਾ ਲਈ ਸਰਪ੍ਰਾਈਜ਼ ਸੀ ਕਿ ਮੈਂ ਗਾਣਾ ਲਿਖਿਆ ਹੈ ਉਹ ਵੀ ਸਰਪ੍ਰਾਈਜ਼ ਹੈ ਦੱਸਿਆ ਵੀ ਨਹੀਂ ਸੀ ਸਿੰਗਰ ਮਨ ਹੈ ਦੇ ਵੀ ਹੈ ਹਾਂਜੀ ਉਹ ਵੀ ਸਰਪ੍ਰਾਈਜ਼ ਨੇ ਮਤਲਬ ਮੇਰੇ ਫਾਦਰ ਮੈਨੂੰ ਖੁਦ ਕਹਿ ਰਹੇ ਸੀ ਕਿ ਨਹੀਂ ਬਹੁਤ ਵਧੀਆ ਤੈਨੂੰ ਲਿਖਣਾ ਮਤਲਬ ਸਟ੍ਰਾਈ ਕਰਨਾ ਚਾਹੀਦਾ ਹੋਰ ਵੀ ਗਾਣੇ ਲਿਖਣੇ ਚਾਹੀਦੇ ਤੇ ਉਹਨਾਂ ਲਈ ਤਾਂ ਬਹੁਤ ਵੱਡਾ ਸਰਪ੍ਰਾਈਜ਼ ਸੀ ਉਹਨਾਂ ਨੇ ਮੇਰਾ ਪ੍ਰੈਕਟਿਕਲੀ ਮੇਰਾ ਬ੍ਰਦਰ ਹੈ ਉਹਨੂੰ ਸ਼ੌਂਕ ਹੈ ਪਰ ਮੇਰੇ ਘਰ ਦੇ ਨੂੰ ਇਨੀ ਸੀ ਕਿ ਮੈਨੂੰ ਵੀ ਸ਼ੌਂਕ ਹੈ ਤੇ ਬਸ ਉਹ ਥੋੜੇ ਸਰਪ੍ਰਾਈਜ਼ ਵੀ ਹੋ ਜੇ ਹਾਂਜੀ ਧੀਰੇ ਪੱਗ ਨਾਲ ਮੈਂ ਚਕਰੂ ਸੂਟਾਂ ਦੇ ਮੈਂ ਰੰਗਵੇਂ ਮੰਮੀ ਨੂੰ ਸ਼ਿਕਾਇਤ ਲਾ ਦੂ ਕਰੇਗਾ ਜੇ ਤੰਗਵੇਂ ਆਪਣੇ ਵਿਆਹ ਦੇ ਦਿਨ ਤਵੇ ਇਹ song ਦੀ ਫੀਲ ਅਲੱਗ ਆ ਰਹੀ ਹੈ ਤੇ ਜੋਸ਼ ਵੀ ਚਿਹਰੇ 'ਚ ਮੈਂ ਦੇਖਦਾ ਗੜਾ ਆ ਜਾਂਦਾ ਜੋਸ਼ ਮੈਨੂੰ ਲੱਗਦਾ ਹੈ ਕਿ ਜਿਹੜੇ ਲਿਰਿਸਿਸਟ ਹਨਾ ਜਿਹੜੇ ਉਹ song ਲਿਖਦੇ ਨੇ ਉਹ ਆਪਣੀ ਇੱਕ ਫੀਲ 'ਚ ਲਿਖਦੇ ਨੇ ਤੇ ਉਹਨਾਂ ਦੀ ਕੰਪੋਜੀਸ਼ਨ ਵੀ ਨਾ ਉਹਨਾਂ ਲਈ ਉਹ ਬਹੁਤ ਜ਼ਿਆਦਾ ਆਪਣੇ ਗਲੇ ਵਿੱਚ ਬਹੁਤ ਰੱਚੀ ਹੁੰਦੀ ਹੈ ਤੇ ਮੈਂ ਵੈਸੇ ਵੀ ਦੇਖਿਆ ਹੈ ਕਿ ਜੇ ਕੋਈ ਸਾਡੇ ਲਈ ਲਿਰਿਸਿਸਟ ਲਿਖਦਾ ਹੈ ਨਾ song ਤੇ ਉਹਦੇ song ਨਾ ਬਹੁਤ ਤਿਆਰ ਕਰਕੇ ਗਾਣੇ ਪੈਂਦੇ ਆ ਤੇ ਜੇ ਕੋਈ ਬੰਦਾ ਆਪਣੇ ਆਪ song ਲਿਖਦਾ ਤੇ ਉਹ ਐਵੇਂ ਲੱਗਦਾ ਕਿ ਨਹੀਂ ਉਹ ਸਾਡੇ ਅੰਦਰ ਅੱچے ਹੀ ਹੋਇਆ ਤਾਂ ਉਹਨੂੰ ਗਾਣਾ ਥੋੜਾ ਆਸਾਨ ਹੋ ਜਾਂਦਾ ਜੀ ਉਹ ਫਿਰ ਆਣੇ ਸ਼ੁਰੂ ਹੋ ਜਾਣੀ ਤੁਸੀਂ ਸਾਡੇ ਲਈ ਵੀ ਗਾਣਾ ਨਹੀਂ ਹਲੇ ਤਾਂ ਮੇਰੇ ਆਪਣੇ ਇੰਡੀਵਿਜੁਅਲ ਹੀ ਹੈ ਹਾਂਜੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਵੀ ਵੀ ਨੈਵਰ نو ਤੇ ਤਿਆਰੀ ਹੈ ਕਿਆ ਠੀਕ ਹੈ ਜੀ ਮੈਂ ਜੇ ਰਾਣੀ ਲਿਖ ਸਕਦੀ ਹਾਂ ਤਾਂ ਨੇਚਰਲੀ ਬੰਦੇ ਨੂੰ ਕਿਵੇਂ ਲੱਗਦਾ ਕਿ ਇੰਡਸਟਰੀ ਦਾ ਯਾਰ ਕਿ ਹਾਂ ਨਾਇਕਰੋ ਤੋਂ ਲਿਖਵਾਣਾ ਚਾਹੀਦਾ ਨਹੀਂ ਹਲੇ ਮੈਂ ਫਿਲਹਾਲ ਪਰਸਨਲ ਉਸ ਤੇ ਹਾਂ ਅੱਛਾ ਆਪਾਂ ਗੱਲ ਕਰਦੇ ਹਾਂ ਸਿੰਗਰ ਜਦੋਂ ਸਟੈਬਲਿਸ਼ ਹੋ ਜਾਂਦਾ ਹੈ ਤੁਸੀਂ ਉਸ ਰਾਤੇ ਉਹ ਮੂਵੀ ਤੋਂ ਬਾਅਦ ਜਦੋਂ ਪ੍ਰੈਸ਼ਰ ਸੀਗਾ ਤੁਸੀਂ ਦੱਸਿਆ ਘਰ ਵਾਲਾਂ ਦਾ ਕਿ ਹੁਣ ਕੀ ਆ ਰਿਹਾ ਦੱਸੋ ਫਟਾਫਟ ਫੈਨਸ ਪੁੱਛਦੇ ਸੀ ਹੁਣ EP ਆ ਗਈ ਹੈ 500 ਲੋਜੀ ਸੁਣਦੇ ਰਹੋ ਬੈਕ ਟੂ ਬੈਕ ਹਾਂਜੀ ਸ਼ੋਜ਼ ਦੇ ਬਾਰੇ ਕੀ ਲੱਗਦਾ ਕਿ ਜਦੋਂ ਇੰਡਸਟਰੀ ਵਿੱਚ ਆਪਾਂ ਦੇਖੀਏ ਕਿ ਸ਼ੋ ਇੱਕ ਸਿੰਗਰ ਦੇ ਹੈ ਨਾ ਕਿ ਉੱਥੇ ਸ਼ੋ ਹੈ ਜੀ ਉਹ ਇੱਕ ਅਲੱਗ ਤਰ੍ਹਾਂ ਦੀ ਇੰਡਸਟਰੀ ਹੈ ਉਹਦੇ ਬਾਰੇ ਕੀ ਲੱਗਦਾ ਸ਼ੋਜ਼ ਆਰ ਐਨਏ ਕਰਨੇ ਹਨ ਜਾਂ ਨਹੀਂ ਕਰਨੇ ਹਾਂਜੀ ਸ਼ੋਜ਼ ਦੀ ਇਨਕੁਆਰੀਜ਼ ਆਉਂਦੀਆਂ ਨੇ ਤੇ ਜਿਵੇਂ ਹੁਣ ਮੇਰਾ ਨੰਬਰ ਹੈ ਮੈਨੇਜਮੈਂਟ ਦਾ ਜੋ ਨੰਬਰ ਹੈ ਸਰ ਨੂੰ ਇਨਕੁਆਰੀਜ਼ ਆਉਂਦੀਆਂ ਮੇਰੇ ਪੇਜ ਤੇ ਡੀਐਮਸ ਆਉਂਦੇ ਨੇ ਬਟ ਹਲੇ ਆਪਾਂ ਅਸਰ ਚਾਹੁੰਦੇ ਨਹੀਂ ਕਿ ਮੈਂ ਅਜੇ ਸ਼ੋਜ਼ ਵਗੈਰਾ ਉਹ ਮੇਰੇ ਸਰ ਚਾਹੁੰਦੇ ਨਹੀਂ ਕਿ ਸ਼ੋਜ਼ ਵਗੈਰਾ ਕਰੀਏ ਕਿਉਂਕਿ ਇੱਕ ਵਾਰ ਆਪਾਂ ਸਾਡੇ ਸੌਂਗਸ ਤੇ ਫੋਕਸ ਹੈ ਕਿ ਇੱਕ ਵਾਰ ਸੌਂਗਸ ਰਿਲੀਜ਼ ਹੋਣ ਥੈਨ ਡੈਫੀਨਿਟਲੀ ਇਸ ਸਾਲ ਆਪਾਂ ਜੂਨ ਜੁਲਾਈ ਤੋਂ ਬਾਅਦ ਉਹ ਲੈਣੇ ਸ਼ੁਰੂ ਕਰ ਦਾਂਗੇ ਸ਼ੋਜ਼ ਬਟ ਹਲੇ ਫੋਕਸ ਹੈ ਕਿ ਕਿਸੇ ਤਰ੍ਹਾਂ ਸੌਂਗਸ ਰਿਲੀਜ਼ ਹੋ ਜਾਵੇ ਬੈਂਕਟਾ ਕਰ ਹਾਂਜੀ ਬਟ ਲੇਕਿਨ ਇਕੁਐਰੀ ਜਦੋਂ ਆਂਦੀਆਂ ਨੇ ਲੱਗਦਾ ਕਿ ਠੀਕ ਹੈ ਜੇ ਇੱਕ ਵਾਰ ਦੇਖ ਲਈਏ ਕਰਕੇ ਸੌਂਗਸ ਤਾਂ ਉਨਾਈ ਗਏ ਨੇ ਹਾਂ ਨਹੀਂ ਮੈਨੂੰ ਲੱਗਦਾ ਕਿ ਇੱਕ ਵਾਰ ਪ੍ਰੋਪਰ ਇੱਕ ਪਟਾਰਾ ਹੋ ਜੇ ਨਾ ਆਪਣੇ ਕੋਲ ਸੌਂਗਸ ਦਾ ਫਿਰ ਉਸ ਤੋਂ ਬਾਅਦ ਜ਼ਿਆਦਾ ਕਨੈਕਟ ਹੁੰਦਾ ਹੈ ਆਪਣੇ ਜਿਹੜੇ ਚਾਉਣ ਵਾਲੇ ਉਹਨਾਂ ਨਾਲ ਕਿਉਂਕਿ ਇੱਕ ਆਪਣਾ ਇੰਡੀਵਿਜੂਅਲ ਸੌਂਗ ਆਇਆ ਹੈ ਤਾਂ ਲੋਕਾਂ ਨੂੰ ਥੋੜੀ ਜ਼ਿਆਦਾ ਪਹਿਚਾਨ ਫੀਲ ਹੁੰਦੀ ਹੈ ਮਤਲਬ ਕਮ ਆਪਣੇ ਤੁਸੀਂ ਆਪਣੇ ਹੀ ਤਰੀਕੇ ਨਾਲ ਸੋਚਦੇ ਹੋ ਕਿ ਆਪਣੇ ਤਰੀਕੇ ਨਾਲ ਅੱਗੇ ਵਧਿਆ ਜਾਏ ਮੂਵੀਜ਼ ਜਿੱਦਾਂ ਮੋਡ ਆਈ ਤੇ ਕਾਫੀ ਕੁਐਰੀਜ਼ ਜਾਂ ਹੋਰ ਵੀ ਮੂਵੀਜ਼ ਦੀ ਪਲਾਨ ਹੈਗੇ ਨੇ ਮੈਂ ਨਹੀਂ ਚਾਹਨਾ ਕਿ ਚਲੋ ਤੁਸੀਂ ਦੱਸੋ ਕਿਹੜੀ ਹੈ ਬਟ ਉਹ ਮੂਵੀਜ਼ ਦੇ ਪਲਾਨ ਦੇ ਨਾਲ ਨਾਲ ਸਿੰਗਰ ਇਹ ਬੜਾ ਇੱਕ ਰਹਿੰਦਾ ਨਾ ਕਿ ਕਦੋਂ ਕਰਨੀ ਹੈ ਤੇ ਕਦੋਂ ਸੌਂਗ ਕਰਨੇ ਹੈ ਅਕਚੁਅਲੀ ਸੱਚੀ ਦੱਸਾਂ ਤਾਂ ਹਲੇ ਕੋਈ ਪਲੈਨਿੰਗ ਰਿਗਾਰਡਿੰਗ ఎవਰੀਥਿੰਗ ਨਹੀਂ ਹੈ ਜੋ ਜੋ ਕੰਮ ਆਂਦਾ ਰਹਿੰਦਾ ਹੈ ਬਸ ਆਪਾਂ ਉਹ ਉਸਤੇ ਫੋਕਸ ਕਰ ਲੈਂਦੇ ਆ ਰਾਈਟ ਨਾਓ ਤਾਂ ਮੇਰਾ ਪੂਰਾ ਫੋਕਸ ਸongs ਤੇ ਆ ਤੇ ਆਪਾਂ ਹਾਂਜੀ ਅੱਛਾ ਜਿਹੜੀ EP ਕੱਢੀ ਹੈ ਇਹਦੇ ਵਿੱਚ ਰਾਣੀ ਸੂਟ ਫਿਕਰ ਜੰਨਤ ਔਰ ਪੱਬੀ ਪੱਬੀ ਇਹ ਪੰਜ song ਨੇ ਹਾਂਜੀ ਤੁਹਾਡੇ ਦਿਲ ਦੇ ਨੇੜੇ ਕਹਿੰਦੇ ਨਾ ਕਿ ਇੱਕ ਜਦੋਂ ਕੋਈ ਚੀਜ਼ ਹੁੰਦੀ ਹੈ ਕਿ ਸਾਰੇ ਫੇਵਰਿਟ ਹੁੰਦੇ ਨੇ ਪਰ ਕਈ ਵਾਰ ਜਦ ਤੁਸੀਂ ਆਪਣਾ ਮੋਬਾਈਲ ਚੱਕਦੇ ਹੋ ਤਾਂ ਕੀ ਲੱਗਦਾ ਕਿ ਪਹਿਲਾਂ ਰਾਣੀ ਸੁਣਾਇਆ ਭਾਬੀ ਸੁਣਾ ਨਹੀਂ ਐਕਚੁਅਲੀ ਹਲੇ ਭਾਬੀ ਚੱਲ ਰਿਹਾ ਹੈ ਬਟ ਮੇਰਾ ਦਿਲ ਦੇ ਕਰੀ ਮੈਂ ਸੱਚੀ ਦੱਸਾਂ ਤਾਂ ਮੇਰਾ ਸੂਟ ਔਰ ਫਿਗਰ ਮੈਨੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਹੈ ਰਾਣੀ ਤਾਂ ਚਲੋ ਮੈਂ ਲਿਖਿਆ ਉਹ ਤਾਂ ਆਫ ਕੋਰਸ ਹੋਏਗਾ ਹੀ ਪਰ ਮੈਨੂੰ ਸੂਟ ਔਰ ਫਿਗਰ ਮੈਨੂੰ ਬਹੁਤ ਅੱਛਾ ਲੱਗਦਾ ਅੱਛਾ ਅੱਛਾ ਇਹ ਗੱਲ ਦੱਸੋ ਕਿ ਘਰੇ ਪਾਵਿਆਂ ਕੋਈ ਵੱਡਾ ਹੋਏ ਕਲਾਕਾਰ ਹੋਏ ਹੋਏ ਕਹਿੰਦੇ ਘਰ ਲਈ ਤਾਂ ਕਰ ਹੀ ਹੁੰਦਾ ਹੈ ਨਾ ਰੋਟੀ ਬਣਾਣੀ ਆਂਦੀ ਆ ਤੁਹਾਨੂੰ ਰੋਟੀ ਬਣਾਣੀ ਆਂਦੀ ਆ ਜੀ ਅੱਛਾ ਬਣਾ ਲੈਂਦੇ ਹੋ ਹਾਂ ਜੀ ਹਾਂ ਸਬਜ਼ੀ ਵੀ ਬਣਾਣੀ ਆਂਦੀ ਆ ਇਹ ਤਾਂ ਠੀਕ ਹੈ ਚਾਹ ਬਣਾਣੀ ਆਂਦੀ ਆ ਚਾਹ ਬਣਾਣੀ ਆਂਦੀ ਆ ਪੀਓਗੇ ਤੁਸੀਂ ਨਹੀਂ ਤੁਸੀਂ ਕਹਿ ਰਹੇ ਹੋ ਔਨ ਰਿਕਾਰਡ ਕੈਮਰਾ ਯਾ ਯਾ ਮੈਂ ਚੈਲੰਜ ਕਰਨਾ ਚਾਹੁੰਦੀ ਆ ਮੈਨੂੰ ਚਾਹ ਬਣਾਣੀ ਆਂਦੀ ਆ ਆਪਣੀ ਲੋ ਜੀ ਨਾਇਕਰਾ ਕਹੇ ਰਿਹਾ ਮੈਨੂੰ ਚਾਹ ਬਣਾਉਣੀ ਆਂਦੀ ਆ ਤੇ ਅੱਜ ਦੇਖ ਹੀ ਲੈਣੇ ਆਂ ਕਈ ਵਾਰੀ ਸਿੰਗਰ ਕਹਿੰਦੇ ਨਹੀਂ ਬਣੀ ਬਣੀ ਚਲੋ ਫਿਰ ਅੱਜ ਚਾਹ ਬਣਾ ਕੇ ਦਿਖਾਓ ਓਕੇ ਚਲੋ ਚੱਲੀਏ ਲੋ ਜੀ ਹੁਣ ਅਸੀਂ ਨਾਇਕਰਾ ਚ ਲੈ ਕੇ ਕਿਚਨ ਚ ਔਰ ਦੇਖਣਾ ਚਾਹੁੰਦੇ ਆ ਕਿ ਵਾਕ ਚਾਹ ਬਣਾਣੀ ਆਂਦੀ ਕਿ ਨਹੀਂ ਤੇ ਆਓ ਚੱਲਦੇ ਆਂ ਲੋ ਜੀ ਅਸੀਂ ਕਿਚਨ ਚ ਪਹੁੰਚੇ ਆਂ ਤੇ ਨਾਇਕਰਾ ਜੀ ਹੁਣ ਚਾਹ ਸਾਨੂੰ ਬਣਾ ਕੇ ਦਿਖਾਨਗੇ ਲਾਈਵ ਡੈਮੋ ਹੈ ਚਾਹ ਦਾ ਔਰ ਆਈ ਥਿੰਕ ਉਹ ਕਰਦੇ ਨਾ ਕਹਾਣੀ ਕਰ ਕਰ ਕੇ ਆਈ ਚਲੋ ਜਿਸ ਹਾਲ ਤੁਸੀਂ ਆਂ ਕਿਦਾਂ ਨਾ ਮੈਨੂੰ ਲੱਗ ਰਿਹਾ ਕਿ ਨਹੀਂ ਮੈਂ ਐਕਚੁਅਲੀ ਕੈਮਰਾ ਨਵਿਸ ਹੋ ਰਿਹਾ ਇਸ ਮੈਨੇ ਸਬ ਬਣਾ ਲਿਆ ਅੱਛਾ ਨਹੀਂ ਲੋ ਜੀ ਕੈਮਰਾ ਤੁਹਾਡੇ ਨਾਲ ਬਿਲਕੁਲ ਤੁਸੀਂ ਇੱਕ ਮਿੰਟ ਮੈਂ गैस दियो किथोन होएगा हाँ जी हाँ जी नहीं नहीं बहुत ठीक है काफी दिनों बाद था नहीं करूँगा नहीं नहीं यार मैं मैंने सचिन नहीं आया था बट गैस पे मैं थोड़ा डर लग रहा है नहीं होता ठीक है लो जी लाइटर लब्बो किथे है मिल गया <laughs> यार ऑन भी कर लो लो जी ऑन <ओन> करो जी नहीं मैंने दस द नहीं, नहीं परपस है चाय बनाने यहाँ देखनी चलो गैस ऑन रहता है ना वैटर के गैस दे गैस दे हाँ जी हाँ जी हाँ जी <laughs> गैस तो शुक्र है ऑन हुई है हम हाँ।, हाँ पानी पानी अच्छे रखे हैं यार सब कुछ पिया है तो ये लाइव आज चाय बनने जा रही है काफी नहीं पहन ਕਿਵੇਂ ਤੁਸੀਂ ਮਿੱਠਾ ਪਿੰਦੇ ਹੋ ਜਾਂ ਫਿੱਕੀ ਕਿਵੇਂ ਮੈਂ ਗੁੜ ਵਾਲੀ ਚਾਹ ਪੀਂਦੀ ਆ ਵੈਸੇ ਪਰ ਮੈਂ ਅੱਜ ਤੋਂ ੜਲੀ ਚੀਨੀ ਵਾਲੀ ਚਾਹ ਬਣਾਉਣੀ ਆ ਬਿਲਕੁਲ ਦੀ ਗੁੜ ਵਾਲੀ ਚਾਹ ਵੈਸੇ ਵਧੀਆ ਰਹਿੰਦੀ ਆ ਅੱਜ ਕੱਲ ਲੋਕੀ ਚੀਨੀ ਤੋਂ ਘਾਟ ਹੀ ਪਰਹੇਜ ਕਰ ਰਹੇ ਨੇ ਤੇ ਤੁਸੀਂ ਲਾਈਵ ਚਾਹ ਦੇਖ ਰਹੇ ਜਨਾਕਰਕ ਹੋ ਜਦੀ ਚਾਹ ਸੀ ਪੀਣਾ ਬਸ ਜਿੰਨੇ ਦੋ ਤਿੰਨ ਕਾਪੀ ਹੈ ਪੁਰਾ ਜੀ ਤੁਹਾਨੂੰ ਜ਼ਿਆਦਾ ਤੁਦਲੀ ਚਾਹ ਪਸੰਦ ਹੈ ਜ਼ਿਆਦਾ ਪਾਣੀ ਵਾਲੀ ਨਹੀਂ ਜ਼ਿਆਦਾ ਤੁਦ ਨਹੀਂ ਥੋੜਾ ਜਿਹਾ ਓਕੇ ਪਾਉ ਦੀ ਪਾਉ ਤੁਸੀਂ ਬਣਾਣੀ ਚਾਹੁੰਦੇ ਮੈਨੂੰ ਨਾ ਦਿਲਜੀਤ ਜੀ ਦੇ ਉਹ ਬਹੁਤ ਅੱਛੇ ਲੱਗਦੇ ਕੁਕਿੰਗ ਵੀਡੀਓਸ ਦਿੱਤੀਆਂ ਨੇ ਮੈਂ ਬਹੁਤ ਵਾਰ ਕੋਸ਼ਿਸ਼ ਕੀਤੀ ਹੈ ਉਹ ਬਣਾਉਣ ਦੀ ਕੋਸ਼ਿਸ਼ ਕਰਾਂ ਪਰ ਮੇਰੇ ਤੋਂ ਨਹੀਂ ਬਣਦਾ ਉਹ ਸਿਰਫ ਵੇਖ ਹੀ ਚੱਲ ਸਕਦੇ ਨੇ ਲਓ ਜੀ ਗੈਸ ਤੇ ਪਤਿਲਾ ਤੁਸੀਂ ਚੜਾਤਾ ਥੋੜਾ ਪਾਣੀ ਗਰਮ ਹੋ ਜੇ ਹਾਂਜੀ ਹਾਂਜੀ ਅੱਛਾ ਵੈਸੇ ਰੂਟੀਨ ਕੁਕਿੰਗ ਦਾ ਹੈਗਾ ਸ਼ੌਕ ਮੈਂ ਨਾ ਕੁਕਿੰਗ ਦੇ ਵਾਈਸ ਬਹੁਤ ਜ਼ਿਆਦਾ ਮੂਡੀਆਂ ਮੇਰੀ ਇਧਰੋਂ ਲੈ ਨਾ ਫਿਰ ਓਕੇ ਮੈਂ ਕੁਕਿੰਗ ਲਈ ਬਹੁਤ ਜ਼ਿਆਦਾ ਮੂਡੀ ਆ ਤੇ ਵੈਸੇ ਮੈਂ ਕੁਕਿੰਗ ਬਹੁਤ ਅੱਛੀ ਕਰਦੀ ਆ ਮੇਰੇ ਸਾਰੇ ਘਰ ਦੇ ਕਹਿੰਦੇ ਨੇ ਜਦ ਮੈਂ ਬਣਾਉਂਦੀ ਆ ਤਾਂ ਬਹੁਤ ਸਵਾਦ ਚੀਜ਼ ਬਣਾਉਂਦੀ ਆ ਅੱਛਾ ਵੈਸੇ ਫਿਰ ਮੰਮੀ ਕਹਿੰਦੇ ਕੀ ਆ ਤੁਹਾਡਾ ਅ ਮੈਂ ਰਾਜਮਾ ਬਹੁਤ ਅੱਛੀ ਬਣਾਉਂਦੀ ਆ ਓਕੇ ਔਰ ਵੈਸੇ ਫੇਵਰਿਟ ਮਨੂ ਪਨੀਰ ਦੀ ਸਬਜੀ ਬਹੁਤ ਸਾਈਂ ਕਿ ਮਰੇ ਅੱਧਾ ਤਾਂ ਹੋਇਆ ਕਿ ਘਰ ਚ ਫਟਾਫਟ ਕੋਈ ਆ ਗਿਆ ਹੋਵੇ ਉਹ ਯਾਦਾ ਹੁੰਦਾ ਚਲੋ ਤੁਸੀਂ ਟਾਈਮ ਨਹੀਂ ਮਿਲਦਾ ਕਿ ਸਾਰਾ ਕੰਮ ਹੈ ਜੀ ਇਹ ਬਣਾ ਲਓ ਉਹ ਬਣਾ ਲਓ ਹੈਨਾ ਕਿ ਹੁੰਦਾ ਜੀ ਘਰ ਚ ਰਿਲੇਟਿਵ ਆ ਰਹੇ ਨੇ ਜਿਵੇਂ ਕਿ ਕੀ ਵਾਪਸ ਰਿਸ਼ਤੇਦਾਰ ਆਗੇ ਘਰ ਫਟ ਉਹ ਮੰਮੀ ਕਰਦੇ ਸਾਰੇ ਕੁਝ ਨਿਬਟ ਮੈਂ ਕਾਫੀ ਬਣਾਉਂਦੀ ਆ ਤਾਂ ਮੰਮੀ ਕਹਿੰਦੇ ਮੈਨੂੰ ਹੱਥ ਦੀ ਕਾਫੀ ਬਹੁਤ ਅੱਛੀ ਲੱਗਦੀ ਹੈ ਤੇ ਜੇ ਅਗਰ ਮੰਮੀ ਦੀ ਹੋਰ ਹੈਲਪ ਕਰਨੀ ਤਾਂ ਮੈਂ ਮਿਕਸ ਵੇਜ ਬਹੁਤ ਅੱਛੀ ਬਣਾਉਂਦੀ ਆ ਮੰਮੀ ਨੂੰ ਮੇਰੀ ਹੱਥ ਦੀ ਮਿਕਸ ਵੇਜ ਬਹੁਤ ਅੱਛੀ ਲੱਗਦੀ ਆ ਤੇ ਮੰਮੀ ਜਦ ਮਹਿਮਾਨ ਆ ਦੋਗੇ ਤਾਂ ਤੂੰ ਬਣਾਓ ਫੜਾਓ ਮਿਕਸ ਵੇਜ ਹਾਂ ਲਿਸਟ ਆ ਸੀ ਨੋਟ ਕਰ ਰਹੇ ਹਾਂ ਬਾਕੀ ਇਹ ਜ ਜਚਾਦਾ ਮਿਕਸ ਵੇਜ ਵੀ ਬਣਾ ਕੇ ਖਿਲਾਉਂਗੀ ਅੱਛਾ ਸ਼ੂਟਿੰਗ ਤੇ ਜਦੋਂ ਸ਼ੂਟ ਕਰ ਰਹੇ ਹੁੰਦੇ ਹੈਨਾ ਆਊਟਡੋਰ ਕਰ ਲਿਆ ਤੇ ਉੱਥੇ ਕੀ ਜਦੋਂ ਖਾਣਾ ਆਉਂਦਾ ਹੈ ਸ਼ੂਟਿੰਗ ਦਾ ਉਹ ਤਾਂ ਵੱਖਰੀ ਹੈ ਕੁਝ ਨਾਲ ਕੈਰੀ ਕਰਦੇ ਹੋ ਕੁਝ ਕਈ ਵਾਰ ਹੁੰਦਾ ਹੈ ਨਾ ਕਿ ਇਹ ਚੀਜ਼ਾਂ ਮੈਂ ਨਾਲ ਕੈਰੀ ਡਰਾਈ ਫਰੂਟਸ ਹੋ ਗਏ ਜਾਂ ਮੈਂ ਆਪਣੀ ਪਸੰਦੀ ਕੋਈ ਚੀਜ਼ ਆ ਵੈਸੇ ਤਾਂ ਸਾਡੇ ਉਮੀਦ ਸਰ ਦੀ ਪ੍ਰੋਡਕਸ਼ਨ ਬਹੁਤ ਅੱਛੀ ਹੁੰਦੀ ਸਾਰਾ ਕੁਝ ਮਿਲ ਜਾਂਦਾ ਹੈ ਉਹਦੇ ਵਿੱਚ ਸਾਨੂੰ ਜਿਵੇਂ ਕਿ ਫਰੂਟਸ ਮੈਨੂੰ ਵੈਸੇ ਜ਼ਿਆਦਾਤਰ ਫਰੂਟਸ ਖਾਣਾ ਬਹੁਤ ਪਸੰਦ ਹੈ ਸ਼ੂਟ ਦੇ ਵਕਤ ਕਿਉਂਕਿ ਬਾਕੀ ਸਾਰਾ ਖਾਣਾ ਬਹੁਤ ਜ਼ਿਆਦਾ ਹੈਵੀ ਹੋ ਜਾਂਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਫਰੂਟ ਇਜ਼ ਅ ਬੈਟਰ ਚੋਇਸ ਫॉर ਮੀ ਐਂਡ ਅਗਰ ਮੇਰਾ ਹੋਰ ਵੀ ਜ਼ਿਆਦਾ ਕੁਝ アンहेल्दी ਖਾਣਾ ਮੰਨਾ ਦੈਨ ਡੈਫੀਨਿਟਲੀ ਪੀਜ਼ਾ। ਪੀਜ਼ਾ। ਆਈ ਲਵ ਪੀਜ਼ਾ ਯਾ। ਬਤਿਏ ਤੁਸੀਂ ਤਿੰਨ ਉਹ ਬਾਤੇ ਹੋਏ ਨਾ। ਯਾ। ਨਾਓ ਯਾ ਚਾਹ ਦੇਖੋ ਲਾਈਵ ਚਾਹ ਬਣਦੀ ਅੱਜ। ਨੋਟ ਕਰ ਲੋ ਇਹ ਵੀਡੀਓ ਵੀ ਬੜਾ ਵਾਇਰਲ ਹੋਏਗਾ। ਸ਼ਾਇਦ ਪਹਿਲੀ ਵਾਰ ਤੁਸੀਂ ਔਨ ਕੈਮਰਾ ਚਾਹ ਬਣਾ ਰਹੇ ਹੋ। ਕਿਤੇ ਮੇਰੀ ਚਾਹ ਦੀ ਸ਼ਾਪ ਹੀ ਨਾ ਖੁੱਲ ਜਾਏ। ਵੈਸੇ ਚਾਹ ਵਾਲਾ ਤਾਂ ਕੰਮ ਬਹੁਤ ਵਧੀਆ ਹੈ ਬਹੁਤ ਵਧੀਆ ਯਾਰ ਮੈਂ ਜਦ ਕਈ ਮੈਨੂੰ ਵੈਸੇ ਬਾਰਲੀ ਚਾਹ ਅਗਰ ਮੈਂ ਪੀਂਦੀ ਆ ਤਾਂ ਮੈਂ ਚਾਹ ਚਾਹ ਐਂਡ ਚੂਰੀ ਦੀ ਚਾਹ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਤੇ ਵੈਸੇ ਮੈਂ ਸੋਚਦੀ ਆ ਕਿ ਇੱਕ ਬਹੁਤ ਵੱਡਾ ਬਿਜ਼ਨਸ ਹੈ ਇੱਕ ਹੋਰ ਪਾ ਦੋ ਆਈ ਥਿੰਕ ਸਪੂਨ ਹੈਨਾ ਨਹੀਂ ਇਹ ਮਸਾਲਾ ਬਹੁਤ ਜ਼ਿਆਦਾ ਮਸਾਲਾ ਜ਼ਿਆਦਾ ਹੈ ਓਕੇ ਜ਼ਿਆਦਾ ਹੋ ਜਾਏਗਾ ਓਕੇ ਤੇ ਵੈਸੇ ਰੁਟੀਨ ਚ ਕਦੇ ਕਦੇ ਦਿਲ ਕਰਦਾ ਕਿ ਖੁਦ ਚਾਹ ਬਣਾ ਲਈ ਜਾਂ ਗ੍ਰੀਨ ਟੀ ਤੁਸੀਂ ਪ੍ਰੈਫਰ ਕਰਦੇ ਹੋ ਮੈਨੂੰ ਵੈਸੇ ਜ਼ਿਆਦਾਤਰ ਕਾਫੀ ਪਸੰਦ ਹੈ ਤੇ ਚਾਹ ਮੈਂ ਪੀਂਦੀ ਆ ਪਰ ਇੰਨੀ ਜ਼ਿਆਦਾ ਨਹੀਂ ਪੀਂਦੀ ਹਮ ਤੇ ਵੈਸੇ ਮੈਨੂੰ ਕਾਵਾ ਬਹੁਤ ਪਸੰਦ ਆ ਜਿਵੇਂ ਕਿ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ ਨਾ ਆਯੁਰਵੈਦਿਕ ਟੀਜ਼ ਜਿਵੇਂ ਕਿ ਕਰੀਐਂਡਰ ਸੀਡਸ ਨਾਲ ਜਾਂ ਫਿਰ ਸਿਨਮਨ ਦੀ ਟੀ ਤਾਂ ਮੈਨੂੰ ਇਹ ਚੀਜ਼ਾਂ ਬਹੁਤ ਪਸੰਦ ਆ ਆਯੁਰਵੈਦਿਕ ਚੀਜ਼ਾਂ ਮੈਨੂੰ ਪਸੰਦ ਆ ਅੱਛਾ ਮੈਂ ਕਾਫੀ ਸਿੰਗਰਸ ਨੂੰ ਪੁੱਛਦਾ ਹਾਂ ਦਾ ਗਲੇ ਨੂੰ ਠੀਕ ਰੱਖਣ ਵਾਸਤੇ ਕੀ ਕਰਦੇ ਆ ਕਈ ਤਾਂ ਕਹਿੰਦੇ ਅਸੀਂ ਕੁਝ ਨਹੀਂ ਰੂਟੀਨ ਖਾਣਾ ਪੀਣਾ ਚਾੜ੍ਹ ਗਈ ਵੀ ਖਾ ਲੈਂਦੇ ਇਹ ਤੁਹਾਡੇ ਨਾਲ ਵੀ ਹੈਗਾ ਇਹ ਚੀਜ਼ ਅ ਹੁੰਦਾ ਹੈ ਮਤਲਬ ਮੈਨੂੰ ਲੱਗਦਾ ਸਿੰਗਰ ਦਾ ਗਲਾ ਬਹੁਤ ਜ਼ਿਆਦਾ ਸੈਂਸਿਟਿਵ ਹੁੰਦਾ ਹੈ ਕਿਉਂਕਿ ਮਸਲ ਐਕ ਤਨਦਾ ਤੇ ਉਹਨੂੰ ਜਿੰਨਾ ਆਪਾਂ ਗਾਉਂਦੇ ਆ ਤੇ ਸਾਨੂੰ ਉਹਦਾ ਥੋੜਾ ਕੇਅਰ ਵੀ ਕਰਨ ਦੀ ਲੋੜ ਹੁੰਦੀ ਹੈ ਬਟ ਜੇ ਅਗਰ ਸਪੋਜ਼ ਮੈਨੂੰ ਲੱਗ ਰਿਹਾ ਫੀਲ ਹੋ ਰਿਹਾ ਕਿ ਮੇਰੇ ਗਲੇ 'ਚ ਥੋੜੀ ਪ੍ਰੋਬਲਮ ਤਾਂ ਮੈਂ ਸ਼ਹਿਦ ਔਰ ਅਦਰਕ ਜਾਂ ਫਿਰ ਕਾਲੀ ਮਿਰਚ ਕਾਲੀ ਮਿਰਚ ਗਲਾ ਸਾਫ਼ ਬੰਦ ਹੈ ਤੇ ਹੁਣ ਆਪਾਂ ਜਦੋਂ ਤੱਕ ਚਾਹ ਬਣੇਗੀ ਖੋਰ ਸੁਣ ਲਈਏ ਗਾਣਾ ਚਾਹ ਸੂਟ ਫਿਕਰ ਦੀ ਤੁਸੀਂ ਕਹ ਰਹੇ ਸੀ ਨਾ ਫਿਕਰ ਹਰੇਕ ਕਿ ਤੁਸੀਂ ਪੰਜ ਗਾਣਿਆਂ ਦੀ ਜਿਹੜੀ ਹੈਗੀ ਅਲੱਗ-ਅਲੱਗ ਇੱਕ ਨਾ ਸੋਚ ਦੇ ਨਾਲ ਬ ਪਬੀ ਚ ਇੱਕ ਅਲੱਗ ਫੀਲ ਹੈ ਅਲੱਗ ਇੱਕ ਹੋ ਹੈਗਾ ਫਿਕਰ ਚ ਫਿਕਰ ਚ ਕੀ ਲੱਗਦਾ ਕਾ ਖਾਸ ਕੀ ਹੈ ਔਰ ਕੀ ਇਹਦੇ ਵਿੱਚ ਸਾਨੂੰ ਲੱਗਿਆ ਫਿਕਰ Song ਬਹੁਤ ਹੀ ਰੋਮਾਂਟਿਕਲੀ ਨਾ ਬਹੁਤ ਜ਼ਿਆਦਾ ਜਿਵੇਂ ਕਪਲਸ ਹੁੰਦੇ ਨੇ ਨਾ ਜਿਵੇਂ ਇੱਕ ਦੂਸਰੇ ਦਾ ਖਿਆਲ ਰੱਖਦੇ ਆਂ ਤੇ ਉਹ ਉਸੇ ਚੀਜ਼ ਨੂੰ ਉਸ ਨਰ ਬਣਾਇਆ ਗਿਆ ਮਨੀ ਰੈਡੂਜੀ ਨੇ ਲਿਖਿਆ ਤੇ ਇਹਦੇ ਜਿਹੜੇ ਮਿਊਜ਼ਿਕ ਜਿਨ੍ਹਾਂ ਨੇ ਬਣਾਏ ਹੋ ਸੱਚ ਹੈ ਰੀਅਲ ਸੱਚ ਉਹਨਾਂ ਦਾ ਨਾਮ ਹੈ ਤੇ ਮਤਲਬ ਉਹ ਗਾਣਾ ਐਕਚੁਅਲੀ ਤੁਸੀਂ ਜੇ ਸੁਣੋਗੇ ਵੀ ਨਾ ਫਿਕਰ ਹੀ ਆਪਣੇ ਆਪ ਚ ਬਹੁਤ ਰੂਹਾਨੀ Song ਹੈ ਤੇ ਮੈਂ ਤੁਹਾਨੂੰ ਗਾ ਕੇ ਸੁਣਾ ਦਿੰਦੀ ਆ ਉਹਦੇ ਲਾਈਨਸ ਕੁਝ ਜਿੱਥੇ ਮੈਂ ਖੜਾ ਆ ਉਹਤੇ ਖੜ ਜਾਣਾ ਏ ਮੇਰੀਆਂ ਅੱਖਾਂ ਦੇ ਵਿੱਚੋਂ ਪੜ ਜਾਣਾ ਏ ਜਿਹੜੀ ਗੱਲ ਸੋਚੀ ਮੈਂ ਦਿਮਾਗ ਚ ਹੋਵੇ ਮੇਰੀਆਂ ਅੱਖਾਂ ਦੇ ਵਿੱਚੋਂ ਪੜ ਜਾਣਾ ਏ ਸੇਲੀਆਂ ਚ ਬਹਿ ਕੇ ਸੁਣਿਆ ਬਸ ਤੇਰਾ ਜ਼ਿਕਰ ਕਰਾਂ ਬਸ ਤੇਰਾ ਜ਼ਿਕਰ ਕਰਾਂ ਤੂੰ ਵੀ ਮੇਰਾ ਖਿਆਲ ਰੱਖ ਦੇ ਮੈਂ ਵੀ ਤੇਰਾ ਫਿਕਰ ਕਰਾਂ ਮੈਂ ਵੀ ਤੇਰਾ ਫਿਕਰ ਕਰਾਂ ਕੀ ਬਾਤ ਹੈ ਜੀ ਕੀ ਬਾਤ ਹੈ ਚਾਹ ਵੀ ਉਬਲ ਰਹੀ ਹੈ ਔਰ ਵਾਕਈ ਥੀਮ ਜਿਹੜੀ ਤੁਸੀਂ ਦੱਸਿਆ ਕਿ ਫਿਕਰ ਅੱਛਾ ਨਾਇਕਰਾ ਇੱਕ ਹੁੰਦੀ ਹੈ ਕਿ ਸਕੇਲ ਦੀ ਗੱਲ ਕਰਨਾ ਹੈ ਕਿ ਆਪਾਂ ਕਿਸ ਸਕੇਲ ਤੇ ਗਾਣਾ ਹੈ ਜਿਹੜੇ ਤੁਹਾਡੇ ਮੈਂ Song ਜਿੰਨੇ ਵੀ ਦੇਖੇ ਨੇ ਇੱਕ ਰੂਹਾਨੀ ਇੱਕ ਫੀਲ ਦੇ ਨਾਲ ਹੈ ਆ ਤੁਹਾਡੀ ਵਾਇਸ ਥੋੜੀ ਥੋੜੀ ਨਿਮਰਤ ਖਹਿਰਾ ਨਾਲ ਵੀ ਕਾਫੀ ਲੋਕ ਰਿਲੇਟ ਕਰ ਰਹੇ ਨੇ ਹੈਨਾ ਕੀ ਲੱਗਦਾ ਹੈ ਕਿ ਜਿੱਦਾਂ EP ਚਵੇਂ ਗਾਣੇ ਸੁਨੇ ਕਈਆਂ ਨੇ ਕਿਹਾ ਕਿ ਨਿਮਰਤ ਖਹਿਰਾ ਨਾਲ ਵਾਇਸ ਮਿਲਦੀ ਹੈ ਕਿ ਲੱਗਦਾ ਹੈ ਕਿ ਅੱਛਾ ਫੀਲ ਆਂਦਾ ਹੈ ਕਿ ਹਾਂ ਵਾਕਈ ਕਿਸ ਨੇ ਰਿਲੇਟ ਕੀਤਾ ਹਾਂਜੀ ਮੈਨੂੰ ਆਂਦੇ ਨੇ ਡੀਐਮਸ ਆਂਦੇ ਨੇ ਤੇ ਵਧੀਆ ਲੱਗਦਾ ਹੈ ਕਿਉਂਕਿ ਉਹ ਬਹੁਤ ਅੱਛੇ ਸਿੰਗਰ ਨੇ ਉਹ ਮੇਰੇ ਸੀਨੀਅਰ ਨੇ ਤੇ ਜੇ ਕੋਈ ਤੁਹਾਨੂੰ ਤੁਹਾਡੇ ਸੀਨੀਅਰ ਨਾਲ ਕੰਪੇਅਰ ਕਰਦਾ ਤਾਂ ਤੁਹਾਨੂੰ ਵਧੀਆ ਲੱਗਦਾ ਤੇ ਬਸ ਕੋਸ਼ਿਸ਼ ਕਰ ਰਹੀ ਹਾਂ ਕਿ ਮੇਰੀ ਵਾਸ ਹੋਰ ਨਿਕਰ ਜੇ ਹਾਲੇ ਤਾਂ ਟਰਾਈ ਹੈ ਹਲੇ ਤਾਂ ਸਟਾਰਟ ਹੈ ਯਾ ਤੇ ਚਾਹ ਉਬਲ ਰਹੀ ਹੈ ਔਰ ਅਸੀਂ ਇੰਟਰਵਿਊ ਖਤਮ ਕਰਾਂਗੇ ਖਾਵਾਂਗੇ ਦੁੱਧ ਬਈ ਬਣ ਗਈ ਵਾਕਈ ਦੇ ਚਾਹ ਤਾਂ ਉਹਨੇ ਨਾਇਕਰ ਨੇ ਬਣਾਤੀ ਹੈ ਯਾ ਬਸ ਉਹਨੇ ਟਾਸਕ ਹੈ ਮਲਾਈ ਨਾ ਜਾਏ ਕਾਫੀ ਦਿਨਾਂ ਬਾਅਦ ਹੈ ਨਾ ਤੁਹਾਨੂੰ ਕਿਚਨ ਚ ਮੈਨੂੰ ਲੱਗਦਾ ਅੰਦਰ ਨਹੀਂ 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 ਇਦਾਂ ਦੀ ਗੱਲ ਨਹੀਂ ਹੈ ਅੱਛਾ ਨਹੀਂ ਵੈਸੇ ਮੈਂ ਐਕਚੁਅਲੀ ਨਾ ਸੌਂਗਸ ਦੇ ਕਰਕੇ ਥੋੜਾ ਇੱਧਰ ਉੱਧਰ ਬਿਜ਼ੀ ਚੱਲ ਰਹੀ ਸੀ ਤਾਂ ਹਾਂ ਮੈਂ ਝੂਠ ਕਿਉਂ ਹੀ ਬੋਲਣਾ ਮੈਂ ਬਹੁਤ ਦਿਨਾਂ ਬਾਅਦ ਹੀ ਕਿਚਨ ਚ ਵੜੀਆਂ ਇਹ ਤਾਂ ਮੈਂ ਵੈਸੇ ਹੀ ਬੋਲ ਰਹੀ ਸੀ ਉਹ ਨੈਕਸਟ ਆਪਾਂ ਨੋਟ ਕਰ ਲਿਆ ਕਿ ਤੁਸੀਂ ਜਿਹੜੇ ਜਿਹੜੇ ਦੱਸਿਆ ਉਹ ਵੀ ਆਪਾਂ ਸ਼ਾਇਦ ਟਰਾਈ ਕਰਾਂਗੇ ਕਿਸੇ ਟਾਈਮ ਡੈਫੀਨਿਟਲੀ ਡੈਫੀਨਿਟਲੀ ਬਾਈ ਵੈਸੇ ਤੁਸੀਂ ਚਾਹ ਪੀ ਕੇ ਜ਼ਰੂਰ ਦੱਸਿਓ ਤੁਹਾਨੂੰ ਕਿੰਨੀ ਪੱਕਾ ਦੱਸਣੀ ਹੈ ਜੀ ਟੇਸਟ ਤਾਂ ਕਰਨੀ ਪੈਣੀ ਚਾਹ ਕਿ ਕਿਵੇਂ ਦੀ ਬਣੀ ਹੈ ਯੈਸ ਅੱਛਾ ਇੱਕ ਚਾਹ ਵੀ ਬਣ ਗਈ ਅਸੀਂ ਖਤਮ ਕਰਨ ਲੱਗਿਆ ਹੁਣ ਕਿ ਈਪੀ ਤੋਂ ਬਾਅਦ ਹੁਣ ਕੀ ਈਪੀ ਤੇ ਹਲੇ ਤਾਂ ਫਿਲਹਾਲ ਅਸੀਂ ਈਪੀ ਦਾ ਹੀ ਅਗਲਾ Song ਸ਼ੂਟ ਕਰਨ ਦੀ ਪਲੈਨਿੰਗ ਚਾਹ ਤੇ ਸਰ ਨਾਲ ਹੀ ਡਿਸਕਸ਼ਨ ਚੱਲ ਰਹੀ ਸੀ ਕਿ ਕਿਹੜਾ Song ਕਰਨਾ ਚਾਹੀਦਾ ਤੇ ਸਾਡੇ ਹਿਸਾਬ ਨਾਲ ਸੂਟ ਆਪਾਂ ਹਲੇ ਮਤਲਬ ਅਜੇ ਅਸੀਂ ਬੜੇ ਕਨਫਿਊਜ਼ ਹਾਂ ਕਿਉਂਕਿ ਸਾਰੇ Songs ਦਾ ਰਿਸਪੌਂਸ ਬਹੁਤ ਅੱਛਾ ਹੈ ਤੇ ਜੇ ਹੋਰਾਂ ਦਾ ਮਤਲਬ ਦੇਖਾਂਗੇ ਜਿਹਦਾ ਰਿਸਪੌਂਸ ਵਧੀਆ ਆਇਆ ਤਾਂ ਉਹਦੀ ਵੀਡੀਓ ਦਾ ਕਰਾਂਗੇ ਪਲੈਨਿੰਗ ਸੋ ਇਸ ਤੋਂ ਬਾਅਦ ਫਿਰ ਅਗਲੇ ਸੰਗਸ ਉਸ ਤੋਂ ਬਾਅਦ ਅਗਲੇ ਸੰਗਸ ਸੋ ਡੈਫੀਨਿਟਲੀ ਜਿਹੜਾ ਸਾਡਾ ਪੂਰਾ ਫੋਕਸ ਜਿਹੜਾ ਹੈ ਨਾ ਉਹ ਸੰਗਸ ਤੇ ਹੀ ਹੈ ਤੇ ਕਦੀ ਕੋਈ ਮੂਵੀ ਆਈ ਤੇ ਡੈਫੀਨਿਟਲੀ ਵੀ ਕੈਨ ਡੂ ਥੈਟ ਮੂਵੀਸ ਹੈ ਸੋ ਹਲੇ ਉਹਦੇ ਬਾਰੇ ਉਪਰਾਸਤ いや ਤੇ ਖਤਮ ਕਰਨ ਤੋਂ ਪਹਿਲਾਂ ਦੋ ਲਾਈਨਾਂ ਖਤਮ ਅਸੀਂ ਸੰਗ ਦੇ ਨਾਲ ਹੀ ਕਰਨਾ ਚਾਹਾਂਗੇ ਚਾਹ ਬਣ ਚੁੱਕੀ ਹੈ ਜੇ ਅਸੀਂ ਪੀ ਕੇ ਦੱਸਾਂਗੇ ਜ਼ਰੂਰ ਕਿਵੇਂ ਦੱਸਾਂਗੇ ਮੈਂ ਤੁਹਾਨੂੰ ਜਨਰਲ ਸੰਗ ਸੁਣਾਉਂਦੀ ਆ ਬਿਲਕੁਲ ਉਹ ਉਹ Song ਬਾਰੇ ਤਾਂ ਪਹਿਨੀ ਜਦਾ ਗੱਲ ਨਹੀਂ ਕੀਤੀ ਮੈਂ ਦੱਸਣਾ ਚਾਹਾਂਗੀ ਉਹ Song ਲਿਖਿਆ ਹੈ ਸੰਦੂ ਕੁਲਦੀਪ ਜੀ ਨੇ ਬਹੁਤ ਅੱਛਾ ਲਿਰਿਸਟਸ ਨੇ ਤੇ ਬਣਾਇਆ ਹੈ ਅਕਸ਼ਿਤ 빅 ਬॉयਜ਼ ਨੇ ਤੇ ਉਹ Song ਦੀ ਕੁਝ ਲਾਈਨਸ ਇੱਦਾਂ ਸੁਣਦੀ ਰਵਾਂ ਰੋਮਾਂਟਿਕ ਗਾਣੇ ਸਜਣਾ ਵੇਕ ਤੇਰੇ ਕਰਕੇ ਮੇਰਾ ਕਮਲਾ ਦਿਲ ਵੀ ਆਰਾ ਹੁਣ ਤਾਂ ਤੇਰੇ ਲਈ ਹੀ ਤੜਕੇ ਵੀ ਮੁੱਖ ਜੇ ਤੈਨੂੰ ਦਿਲ ਜੋ ਕੱਢਣਾ ਨਹੀਂ ਮੈਂ ਹੱਥ ਫੜਿਆ ਤੇ ਫੜ ਕੇ ਰੱਖਣਾ ਇਸ ਜਨਮ ਤਾਂ ਛੱਡਣਾ ਨਹੀਂ ਮੈਂ ਰੱਬ ਨੇ ਦਿੱਤੀ ਦਾਤ ਹੀ ਲਗਦੀ ਆਪਣੀ ਯਾਰੀ ਮੈਨੂੰ ਵੇ ਕਿਵੇਂ ਸੀ ਫੁੱਲ ਕੀ ਮਿਲਾਈ ਚਲੋ ਵਧੀਆ ਲੱਗਿਆ ਬਹੁਤ ਅੱਛਾ ਲੱਗਿਆ ਬਹੁਤ ਬਹੁਤ ਸ਼ੁਕਰੀਆ ਨੈਕਰਾ ਤੇ ਚਾਹ ਵੀ ਬੁਲ ਰਹੀ ਆ ਸੀ ਚਾਹ ਜ਼ਰੂਰ ਪੀ ਕੇ ਜਾਣੀ ਆ ਤੇ ਸ਼ੁਭ ਕਾਮਨਾ ਔਰ ਨੈਕਸਟ ਜਿਹੜਾ ਪ੍ਰੋਜੈਕਟ ਹੋਏਗਾ ਕੋਈ ਵੀ ਹੋਏਗਾ ਸੀ ਫੇਰ ਮਿਲਾਂਗੇ ਐਦਾਂ ਹੀ ਤੁਸੀਂ ਦਰਸ਼ਕਾਂ ਨੂੰ ਰੋਮਾਂਚਿਤ ਕਰਦੇ ਰਹੋ ਆਪਣੇ ਗਾਣੇ ਦੇ ਰਹੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ ਤਾਂ ਨੈਕਰਾ ਕੋ ਨਾਲ ਅਸੀਂ ਖਾਸ ਗੱਲਬਾਤ ਕੀਤੀ ਔਰ ਟੈਲੈਂਟ ਜਿਹੜਾ ਨਵੇਂ ਸਿੰਗਰਾਂ ਚ ਹੈ ਯੰਗ ਨੇ ਔਰ ਕੰਪਿਊਟਰ ਇੰਜੀਨੀਅਰਿੰਗ ਤੋਂ ਲੈ ਕੇ ਇਸ ਇੰਡਸਟਰੀ ਤੱਕ ਆਣਾ ਔਰ ਰਸਤਾ ਬਣਾਣਾ ਇੱਕ ਬਹੁਤ ਅਹਿਮ ਹੁੰਦਾ ਹੈ ਅਹਿਮ ਪੜਾਅ ਨੇ ਜ਼ਿੰਦਗੀ ਦੇ ਔਰ ਇਸੇ ਕਰਕੇ ਅਸੀਂ ਪੁੱਛਿਆ ਕਿ ਬਾਕੀ ਕੰਮ ਯਾਦ ਇੱਕ ਨਹੀਂ ਉਹ ਵੀ ਐਸੀ ਸਾਨੂੰ ਦਿਖਾਇਆ ਤੇ న్యూਸ 18 ਨਾਲ ਤੁਸੀਂ ਬਣ ਰਹੇ ਹੋ ਵੀਡੀਓ ਜਰਨਲਿਸਟ ਸਨੀ ਸਿੱਧੂ ਦਿਨਾਰੂ ਮੇਸ਼ਰਮਾ న్యూਸ 18 ਚੰਡੀਗੜ੍ਹ